ਲੁਧਿਆਣਾ ਦੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ MLA ਸੰਜੇ ਤਲਵਾੜ ਅਤੇ ਸਾਬਕਾ ਡਿਪਟੀ ਮੇਅਰ ਸ਼ਾਮ ਸੁੰਦਰ ਅਰੋੜਾ ਸਮੇਤ 50 ਅਣਪਛਾਤੇ ਵਿਅਕਤੀਆਂ ਖਿਲਾਫ FIR ਦਰਜ ਕੀਤੀ ਹੈ। ਪੁਲਿਸ ਨੇ ਮੁਕਦਮਾ ਸ਼ਾਹੀ ਮੁਹੱਲਾ ਦਮੋਰੀਆ ਪੁਲ ਦੇ ਰਹਿਣ ਵਾਲੇ ਅਮਿਤ ਕੁਮਾਰ ਦੀ ਸ਼ਿਕਾਇਤ ਦਰਜ ਕੀਤੀ ਹੈ। ਥਾਣਾ ਕੋਤਵਾਲੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਅਮਿਤ ਕੁਮਾਰ ਨੇ ਦੱਸਿਆ ਕਿ ਉਹ ਨਗਰ ਨਿਗਮ ਜ਼ੋਨ A ਵਿੱਚ ਬਤੌਰ ਚੌਕੀਦਾਰ ਡਿਊਟੀ ਕਰਦਾ ਹੈ। 27 ਫਰਵਰੀ ਨੂੰ ਸਵੇਰੇ 11:30 ਦੇ ਕਰੀਬ ਉਹ ਆਪਣੇ ਦਫ਼ਤਰ ਦੇ ਮੇਨ ਗੇਟ ਤੇ ਡਿਊਟੀ ਤੇ ਤੈਨਾਤ ਸੀ। ਇਸ ਦੌਰਾਨ ਮੈਂਬਰ ਪਾਰਲੀਮੈਂਟ, ਸਾਬਕਾ ਮੰਤਰੀ, ਸਾਬਕਾ MLA ਅਤੇ ਸਾਬਕਾ ਡਿਪਟੀ ਮੇਅਰ 50 ਦੇ ਕਰੀਬ ਵਿਅਕਤੀਆਂ ਨਾਲ ਜ਼ਬਰਦਸਤੀ ਦਫ਼ਤਰ ਅੰਦਰ ਦਾਖਲ ਹੋ ਗਏ ਅਤੇ ਨਗਰ ਨਿਗਮ ਦੇ ਦਫ਼ਤਰ ਨੂੰ ਤਾਲਾ ਲਗਾ ਦਿੱਤਾ। ਉਹਨਾਂ ਦੇ ਅਜਿਹਾ ਕਰਨ ਨਾਲ ਜਿੱਥੇ ਉਹ ਉਸਦੀ ਸਰਕਾਰੀ ਡਿਊਟੀ ਵਿੱਚ ਵਿਘਨ ਪਿਆ, ਉੱਥੇ ਆਮ ਜਨਤਾ ਨੂੰ ਵੀ ਪਰੇਸ਼ਾਨੀ ਹੋਈ। ਇਸ ਮਾਮਲੇ ਵਿੱਚ ਤਫਤੀਸ਼ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਿਸ ਨੇ ਮੁਲਜ਼ਮਾਂ ਖਿਲਾਫ ਉਹ ਮੁਕਦਮਾ ਦਰਜ ਕਰ ਲਿਆ। ਲੁਧਿਆਣਾ ਪੁਲਿਸ ਦੇ ਅਧਿਕਾਰੀਆਂ ਨੇ ਇਸ ਕੇਸ ਦੀ ਅਗਲੇਰੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਨਗਰ ਨਿਗਮ ਦੇ ਮੁਲਾਜ਼ਮਾਂ ਦੀ ਸ਼ਿਕਾਇਤ ਤੇ ਰਵਨੀਤ ਬਿੱਟੂ, ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾੜ, ਸ਼ਾਮ ਸੁੰਦਰ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਸਰ ਜੀ, ਇੱਥੇ ਧਰਨਾ ਲਾਉਣਾ ਸੀ, ਕਾਂਗਰਸ ਪਾਰਟੀ ਦੇ ਲੀਡਰ ਸਾਹਿਬ ਆਏ ਸੀਗੇ ਅਤੇ ਇਹਨਾਂ ਨੇ ਗੇਟ ਬੰਦ ਸੀਗਾ, ਫਟਾਫਟ ਆਏ ਸਾਰੇ, ਘੱਟੋ ਘੱਟ 60-70 ਜਿਹੜੇ 100-150 ਸੀਗਾ ਜੱਥਾ ਸੀਗਾ। ਅਸੀਂ ਤਾਂ ਹੁਣ ਸਰ ਸਰਕਾਰੀ ਡਿਊਟੀ ਕਰਦੇ ਆ, ਆਪਣਾ ਡਰ ਵੀ ਹੁੰਦਾ ਵੀ ਕਿਸੇ ਨੇ ਚਲੋ, ਅਤੇ ਸਰ ਇਹ ਆਏ ਫਟਾਫਟ ਭੱਜ ਕੇ, ਗੇਟ ਖੋਲੋ, ਗੇਟ ਖੋਲੋ। ਅਤੇ ਸਰ ਮੈਂ ਫਿਰ ਸਾਈਡ 'ਤੇ ਹੋਣਾ ਸੀਗਾ, ਹੁਣ ਖੋਲੋ 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 ਫਟਾਫਟ ਖੋਲੋ। ਹਾਂਜੀ, ਜ਼ਬਰਦਸਤੀ ਖੋਲਿਆ ਸਰ ਇਹਨਾਂ ਨੇ ਗੇਟ ਆ ਕੇ। ਮੈਂ ਤੁਹਾਨੂੰ ਕੋਈ ਗਾਲਾਂ ਕੱਢੀਆਂ ਜਾਂ ਡਰਾਇਆ? ਗਾਲਾਂ ਤਾਂ ਸਰ ਨਹੀਂ ਕੱਢੀਆਂ, ਕੋਈ ਅਪਸ਼ਬਦ ਵੀ ਨਹੀਂ ਬੋਲਿਆ, ਬਸ ਖੋਲੋ ਖੋਲੋ ਖੋਲੋ। ਤੁਸੀਂ ਸਾਨੂੰ ਦੇਖ ਕੇ ਗੇਟ ਕਿਉਂ ਬੰਦ ਕੀਤਾ? ਫਟਾਫਟ ਖੋਲੋ, ਅਸੀਂ ਖੋਲਤਾ ਸਰ। ਕੋਈ ਧਮਕਾਇਆ? ਕੁਛ ਧਮਕਾਇਆ ਨਹੀਂ ਸਰ। ਅੱਛਾ, ਅਤੇ ਕੀ ਕਹਿਣਾ ਚਾਹੁੰਦੇ ਤੁਸੀਂ? ਕੀ ਕਹਿਣਾ ਚਾਹੀਦਾ? ਉਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਵੀ ਅਸੀਂ ਵੀ ਸਰਕਾਰੀ ਮੁਲਾਜ਼ਮ, ਸਾਡੇ ਨਾਲ ਕਦੀ ਇੱਦਾਂ ਧੱਕਾ, ਅਸੀਂ ਕਿਸੇ ਨੂੰ ਕਰ ਨਹੀਂ ਸਕਦੇ, ਸਾਡੇ ਨਾਲ ਹੋਵੇ ਨਾ। ਅਸੀਂ ਮੰਗ ਕਰਦੇ ਹਾਂ ਵੀ ਸਾਡੇ ਤੋਂ ਮਾਫ਼ੀ ਮੰਗੀ ਜਾਵੇ ਸਰ। ਠੀਕ ਹੈ, ਮੈਂ ਤਾਂ ਜ਼ਬਰਦਸਤੀ ਕੀਤੀ ਨਾ ਤੁਹਾਡੇ? ਹਾਂਜੀ ਸਰ, ਆ ਗਏ ਸਾਰੇ, ਹੁਣ 60-70 ਜਣੇ, ਮੈਂ ਇਕੱਲਾ ਉੱਥੇ ਖੜਾ ਕੀ ਕਰ ਲਉਂਗਾ? ਜੀ ਸਰ ਜੀ, ਵੀ ਗੇਟ ਖੋਲੋ, ਗੇਟ ਖੋਲੋ ਫਟਾਫਟ। ਹਾਂਜੀ ਹਾਂਜੀ ਸਰ, ਅਸੀਂ ਤਾਂ ਬੰਦ ਕੀਤਾ ਸੀ, ਹੁਣ ਅੰਦਰੋਂ ਆਰਡਰ ਆ ਵੀ ਗੇਟ ਬੰਦ ਰੱਖੋ, ਘੱਟੋ ਘੱਟ 500-600 ਬੰਦਾ ਆ ਰਿਹਾ, ਹੁਣ ਇੱਕ ਬੰਦਾ ਕੀ ਕਰ ਲੂੰਗਾ, ਦੱਸੋ ਮੇਰੇ। ਅੱਛਾ, ਜਦੋਂ ਇਹ ਸਾਰੇ ਇਕੱਠੇ ਸੀ, ਤੁਸੀਂ ਆਪਣੇ ਅਧਿਕਾਰੀ ਨਾਲ ਕਿਸੇ ਨਾਲ ਜਾਂ ਆਪਣੇ ਕਿਸੇ ਬੰਦੇ ਨਾਲ ਗੱਲਬਾਤ ਨਹੀਂ ਕੀਤੀ? ਸਰ ਜੀ, ਕੀ ਕਰੀਏ ਹੁਣ, ਇੱਥੇ ਤੋਂ ਲੈ ਕੇ ਉੱਥੇ ਤੱਕ ਤਾਂ ਇੰਨਾ ਰਸ ਸੀਗਾ, ਕਿੱਥੇ ਜਾਈਏ? ਸੱਟ ਪੇਟ ਤਾਂ ਲੱਗੀ? ਨਹੀਂ ਨਹੀਂ ਸਰ, ਸੱਟ ਪੇਟ। ਤੁਸੀਂ ਮਾਮਲਾ ਦਰਜ ਕਰਵਾ ਤਾ ਜੀ? ਸਰ ਜੀ, ਮਾਮਲਾ ਦਰਜ ਆ ਜੀ। ਕਾਰਵਾਈ ਸਰ, ਮਾਫ਼ੀ ਮੰਗਣੀ ਚਾਹੀਦੀ ਸਰਕਾਰੀ ਮੁਲਾਜ਼ਮ ਦੇ ਨਾਲ, ਧੱਕਾ ਨਹੀਂ ਨਾ ਕਰਨਾ ਚਾਹੀਦਾ, ਅਸੀਂ ਵੀ ਡਿਊਟੀ 'ਤੇ ਔਨ ਡਿਊਟੀ ਆ। ਦੇਖੋ, ਕਦੀ ਵੀ ਅਸੀਂ ਕਿਸੇ ਨਾਲ ਗਲਤ ਬੋਲੇ ਨਹੀਂ ਆ, ਨਾ ਪਰ 2 ਸਾਲ ਹੋ ਗਏ ਆ, ਰਿਸਪੈਕਟ ਨਾਲ ਬੋਲੀ ਦਾ ਆ, ਤੁਹਾਡੇ ਸਾਹਮਣੇ ਹੀ ਆ, ਥੋੜ੍ਹੀ ਮਾੜਾ